الرحمن الرحيم الحمد لله رب العالمين الرحمن الرحيم مالك يوم الدين إياك نعبد وإياك نستعين اهدنا الصراط المستقيم صراط الذين أنعمت عليهم غير المغضوب عليهم ولا الضالين اللهم صل على محمد وآل محمد وأجل فرج آل محمد صلوات پڑھو باواز بلند اللهم درود پڑھنا ایک بڑی اہم عبادت ہے مل کے صلوات پڑھو خوشنود یہ منتظر زمانہ دی خاطر درود بھیجو اللهم اکمند کر کے استقبال روح معصومہ دی خاطر درود بھیجو جڑے موالی بیٹھو حیدر اقرار دے مل کے نام امیر دی گونجو اے حیدر مہربانی یہاں شریف آؤ سب تو پہلے تو میری دعا آئی نے کہ مولا کائنات تو کل دنیا دے دکھاں تکلیفاں تو محفوظ رکھے ساری اس نازک دور دیاں مجلساں خلاق عالم حقیقی بادشاہ عبادت شمار کرے شو والے شمار نہ کرے اس نازک دور دے وچ ہر شریف دی عزت محفوظ رہے مریم حسین حسین کریں دے اٹھی ویے علی علی کریں دے دامن پنجاں تے باہراں دا ہوئے ہتھ اساں گنہگاراں دا ہوئے خدا تعالیٰ بانی مجلس سادات عظام دی پوری وچھائی مولا منظور تے مقبول فرما انہاں لوگاں دے رزق وچ مولا کائنات برکت پاوے انہاں دے خرچ اخراجات نظر نیاز دربار زہرا وچ مولا منظور تے مقبول فرما انہاں دے جتنے بھی مرحومین ان مولا انہاں نوں کروٹ کروٹ جنت نصیب فرماوے مولا انہاں دے صغیرہ کبیرہ گناہ معاف فرماوے مولا انہاں دیاں قبراں منور فرماوے تساں جتنے آئے بیٹھے اس دربارے عالیہ چ مولا تھوڑا ٹورایا منظور تے مقبول فرما لے ہن درود بھیجو آل محمد دی ذات تے اللهم صل علی محمد دیر سارے بیٹھے ہو صلوات سارے نو یاد ہے مل کے صلوات پڑھو صلی علی محمد ہے اجازت میں پڑھائی شروع کراں تہاڈا بھی حکم ہے ادلے دا میں پڑھ لوں کوئی تلانی پڑھائی نہیں بزرگ دین علی دی مدحت گیت گاواں تے راضی رب الوہاب ہو جڑے بول سگو بولے آئے علی دی مدحت دے گیت گاواں تے راضی رب الوہاب ہوئے علی دا بن کے نہ کہندا بننا سر تا ہلانا ہی نہیں نا منہ بولنا ہے علی دا بن کے نہ کہندا بندا تے تنگ کیوں شیخ شاب ہوئے وہ فرمیندے ہیں علی دا بن کے گزار بندہ ثواب بومبے حساب ہوئے قبر دی مٹی حیا کرے سی جے پیش بابو تراب ہوئے تواڈیاں حیاتیاں اے آلے تو انارا مارا ہے دارے مولا تو انہوں بڑے رنگ لاوے تواڈا موڈ ہوئے تک شیر کسی دے دے سنا تواڈا موڈ نہیں تو میں نہیں پڑھتا جی پڑھا ہے دارے نائٹا بڑا نعرہ مارو جی علی علی ہے حیدر
ਨਾ ਮਾਰਿਆ ਹੈ ਦਰੇ ਹੁਣ ਦਰੂਦ ਭੇਜਵਾ ਲੈ ਮੁਹੰਮਦ ਦੀ ਜ਼ਾਤ ਅੱਲਾਹੁਮਾ ਮੈਂ ਸਾਦਾ ਜਿਹਾ ਬੰਦਾ ਸ਼ਾਹ ਜੀ ਮਲੰਗ ਫਕੀਰ ਜਿਹਾ ਬੰਦਾ ਕਸੀਦੇ ਮੇਰੇ ਸਾਦੇ ਸਾਦੇ ਕਸੀਦਾ ਮੈਂ ਸੁਣਾਵਾਂ ਕੋਈ ਸਨ ਸਿਫਰ ਦਾ ਤੁਹਾਡੀ ਹਯਾਤੀ ਹੋਵੇ ਮੌਲਾ ਤੁਹਾਨੂੰ ਬੜੇ ਰੰਗ ਲਾਵੇ ਉਸ ਤੋਂ ਬਾਅਦ ਮੈਂ ਥੋੜ੍ਹਾ ਜਿਹਾ ਮਸਾਹਿਬ ਪੜ੍ਹਸਾਂ ਮਿਲ ਕੇ ਦਰੂਦ ਭੇਜੋ ਆਲੇ ਮੁਹੰਮਦ ਦੀ ਜ਼ਾਤ ਅੱਲਾਹੁਮਾ ਦਰੂਦ ਇੱਕ ਐਸੀ ਇਬਾਦਤ ਹੈ ਜਿਸ ਵਿੱਚ ਖੁਦ ਖੁਦਾ ਸ਼ਰੀਕ ਮਿਲ ਕੇ ਸਲਵਾਤ ਪੜ੍ਹੋ ਅੱਲਾਹ ਆ ਜਾਓ ਭਾਈ ਫਿਰ ਵੀ ਨਾਰਾ ਸੁਣੋ ਹੈਦਰੀ ਇਮਾਮ ਹੁਸੈਨ ਤੁਹਾਡੇ ਵੱਡੇ ਰੰਗ ਲਾਵੇ ਸੱਯਦ ਪਾਕ ਤੁਹਾਨੂੰ ਆਪਣੇ ਹਿਫਜ਼ੋ ਅਮਾਨ 'ਚ ਰੱਖੇ ਮੌਲਾ ਤੁਹਾਨੂੰ ਕੋਈ ਦੁੱਖ ਤਕਲੀਫ ਦੇਵੇ ਹੀ ਨਹੀਂ ਤੁਹਾਨੂੰ ਇਨਸ਼ਾਅੱਲਾ ਕੁਝ ਹੀ ਨਾ ਹੋਵੇ ਹਾਂ ਦਰੂਦ ਭੇਜਵਾ ਲੈ ਮੁਹੰਮਦ ਦੀ ਜ਼ਾਤ 'ਚ ਲਖਨਊ ਨਜ਼ਰ ਕੋਈ ਨਹੀਂ ਤੋ ਕਿਆ ਨਜ਼ਰ ਨਜ਼ਾਰੇ ਪਈਆਂ ਬਾਹਰਾਂ ਦੇ ਨਜ਼ਰ ਕੋਈ ਨਹੀਂ ਤੋ ਕਿਆ ਨਜ਼ਰ ਨਜ਼ਾਰੇ ਪਈਆਂ ਬਾਹਰਾਂ ਦੇ ਨਜ਼ਰ ਕੋਈ ਨਹੀਂ ਤੋ ਕਿਆ ਨਜ਼ਰ ਬੇਟੇ ਪਈਆਂ ਬਾਹਰਾਂ ਦੇ ਨਜ਼ਰ ਕੋਈ ਨਹੀਂ ਤੋ ਕਿਆ ਨਜ਼ਰ ਨਜ਼ਾਰੇ ਪਈਆਂ ਤੇਰੀ ਹਯਾਤੀ ਹੋਵੇ ਜਿਹੜਾ ਸਹੀਦਾਂ ਦੇ ਫਜ਼ਾਇਲ ਇਹਨਾਂ ਬੋਲੇ ਮੈਂ ਉਹਦੇ ਹੱਥੇ ਹੀ ਪਾਏ ਬਾਈ ਨਾ ਸਾਦਕੇ ਆਲੇ ਮੁਹੰਮਦ ਦਾ ਫਰਮਾਨ ਹੈ ਜਿਹੜਾ ਬੰਦਾ ਸਾਡੀ ਫਜ਼ੀਲਤ ਸੁਣ ਕੇ ਖੁਸ਼ ਹੋਵੇ ਔਰ ਆਸ਼ ਕਰਕੇ ਦਾਤ ਦੇਵੇ ਸਾਡੀ ਫਜ਼ੀਲਤ ਦੀ ਗਵਾਹੀ ਦੇਵੇ ਉਹ ਬੰਦਾ ਆਪਣੀ ਮਾਂ ਦਾ ਸ਼ੁਕਰੀਆ ਅਦਾ ਕਰੇ ਜਦੋਂ ਹਲਾਲ ਦਾ ਜਾਇਆ ਨਜ਼ਾਰੇ ਕੋਈ ਨਹੀਂ ਤੋ ਕਿਆ ਜਿਓ ਨਜ਼ਾਰੇ ਪਈਆਂ ਬਾਹਰਾਂ ਦੇ ਨਜ਼ਾਰੇ ਕੋਈ ਨਹੀਂ ਤੋ ਕਿਆ ਨਜ਼ਰ ਨਜ਼ਾਰੇ ਪਈਆਂ ਬਾਹਰਾਂ ਦੇ ਮੇਰੇ ਨਾਲ ਬੋਲੇ ਨਜ਼ਰ ਨਜ਼ਾਰੇ ਪਈਆਂ ਬਾਹਰਾਂ ਦੇ ਨਜ਼ਾਰੇ ਕੋਈ ਨਹੀਂ ਤੋ ਕਿਆ ਨਜ਼ਰ ਨਜ਼ਾਰੇ ਪਈਆਂ ਬਾਹਰਾਂ ਦੇ ਨਜ਼ਾਰੇ ਕੋਈ ਨਹੀਂ ਤੋ ਕਿਆ ਨਜ਼ਰ ਨਜ਼ਾਰੇ ਪਈਆਂ ਬਾਹਰਾਂ ਦੇ ਨਜ਼ਾਰੇ ਕੋਈ ਨਹੀਂ ਤੋ ਕਿਆ ਨਜ਼ਰ ਨਜ਼ਾਰੇ ਪਈਆਂ ਬਾਹਰਾਂ ਦੇ ਹਯਾਤੀ ਨਜ਼ਰ ਕੋਈ ਨਹੀਂ ਤੋ ਕਿਆ ਨਜ਼ਰ ਨਜ਼ਾਰੇ ਪਈਆਂ ਬਾਹਰਾਂ ਦੇ ਨਜ਼ਰ ਕੋਈ ਨਹੀਂ ਤੋ ਕਿਆ ਨਜ਼ਰ ਨਜ਼ਾਰੇ ਪਈਆਂ ਬਾਹਰਾਂ ਦੇ ਨਜ਼ਾਰੇ ਕੋਈ ਨਹੀਂ ਤੋ ਕਿਆ ਨਜ਼ਰ ਨਜ਼ਾਰੇ ਤੁਹਾਡੀਆਂ ਜਵਾਨੀਆਂ ਸਲਾਮਤ ਰਹਿਣ ਨਜ਼ਾਰੇ ਕੋਈ ਨਹੀਂ ਤੋ ਕਿਆ ਨਜ਼ਰ ਨਜ਼ਾਰੇ ਪਈਆਂ ਬਾਹਰਾਂ ਦੇ ਬੇਟਾ ਨਜ਼ਰ ਕੋਈ ਨਹੀਂ ਨਜ਼ਾਰੇ ਪਈਆਂ ਬਾਹਰਾਂ ਦੇ ਨਜ਼ਾਰੇ ਕੋਈ ਨਹੀਂ ਤੋ ਕਿਆ ਤੇਰੀ ਹਯਾਤੀ ਹੋਵੇ ਤੇਰੀ ਜੁਰਤ ਤੂੰ ਨਾ ਬੁਲੇ ਸੇ ਕਾਬੂ ਕੋ ਨਜ਼ਾਰੇ ਕੋਈ ਨਹੀਂ ਤੋ ਕਿਆ ਨਜ਼ਰ ਜਿਓ ਦੇ ਨਜ਼ਰ ਕੋਈ ਨਹੀਂ ਤੋ ਕਿਆ ਨਜ਼ਰ ਪਈਆਂ ਬਾਹਰਾਂ ਦੇ ਨਜ਼ਰ ਕੋਈ ਨਹੀਂ ਤੋ ਕਿਆ ਨਜ਼ਰ ਨਜ਼ਾਰੇ ਪਈਆਂ ਬਾਹਰ ਦੇ ਨਜ਼ਰ ਕੋਈ ਨਹੀਂ ਤੋ ਕਿਆ ਨਜ਼ਰ ਨਜ਼ਾਰੇ ਪਈਆਂ ਬਾਹਰਾਂ ਦੇ ਜ਼ਮੀਨੋ ਆਸਮਾਂ ਕਾਇਮ ਜ਼ਮੀਨੋ ਆਸਮਾਂ ਕਾਇਮ ਜ਼ਮੀਨੋ ਆਸਮਾਂ ਕਾਇਮ ਸਾਰੇ ਪਈਆਂ ਬਾਹਰਾਂ ਦੇ ਕਿਆ ਬਾਤ ਹੈ ਤੁਹਾਡੀ ਯਾਰ ਤੁਸੀਂ ਗੱਲਾਂ ਬਣਾ ਦਿੱਤੀ ਪਈਆਂ ਬਾਹਰਾਂ ਦੇ ਤੁਹਾਡੀਆਂ ਹਯਾਤੀਆਂ ਤੁਹਾਨੂੰ ਗਾਜ਼ੀ ਰੰਗ ਲਾਵੇ ਤੁਸੀਂ ਨਾਰਾ ਮਾਰ ਵੇਖੋ ਹੈਦਰੀ ਮਸਤ 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 ਤੁਹਾਡੀਆਂ ਹਯਾਤੀਆਂ ਜਿਹੜੇ ਨਹੀਂ ਬੋਲੇ ਇਹਨਾਂ ਦੀਆਂ ਡਬਲ ਹਯਾਤੀਆਂ ਬੜੇ ਸਮਝਦਾਰ ਬੰਦੇ ਬੈਠੇ ਹੋ ਸਾਰੇ ਪੰਜਾਂ ਇਹਨਾਂ ਦਾ ਜ਼ਿਹਨ ਮੇਰੇ ਪਾਸੇ ਸਾਰੇ ਪੰਜਾਂ ਸਾਰੇ ਪੰਜਾਂ ਆਓ ਜੀ ਆਓ ਬੇਟਾ ਜੀ ਮਾਮ ਹੁਸੈਨ ਵੱਡੇ ਰੰਗ ਲਾ ਵੀ ਮੌਲਾ ਬੱਚੜਾ ਦੇ ਵੀ ਹਯਾਤੀਆਂ
دور حضرت شہباز ذاکر جی میرا بیٹا ہے جی، جناب وسیم عباس خان صاحب تہاڈیاں حیاتیاں اینا کا لیا پاؤں جی میں سہارے پنجاں، سارے بولو سہارے پنجاں، سمجھدار نو دھاوا دے رہے ہیں کہ بلارد کر رہے ہیں، ایک انکار دور بنا دے دن تے آسی ہور بنا دے، ایک انکار جیو آتے ہور بنا دے، مل فقیروں کو یمن دا تاج تے چھایاں بھلا دے، مل فقیروں کو یمن دا تاج تے مل بدل دے دن اتک دیران، بدل دے بدل دے دن اتک را اشارے پنج بہارا دے، بدل دے کیا بات ہے، زندہ باد زندہ باد، پنج بہارا دے نظر آسمان، تہاڈی حیاتی تہاڈیاں زندگیاں تواری زندگی دراز ہوئے، امام حسین بادشاہ تون بڑے رنگ لاوے، تعریف کر تسیں جیو، دو رلے پہ جیو آئے میں کلا کیوں جیو، تواری حیاتی سمجھدار بندے نو دعویٰ دے رہے ہیں، اہل علم حضرات نو تعریف کر رہے ہیں محمد اور اہل بیت محمد دی، قبلہ عرض کر رہے ہیں، مدینے شادیاں میں منا دی عرش تے ہوندی، مدینے شادیاں میں منا دی عرش تے ہوندی، نہیں ڈیٹھی کہیں اج تک شادی فرش تے ہوندی، جوان شادی فرش دی بنا دے دے خدا کمی، بنا دے دے خدا کمی، بنا دے دے خدا کمی، ستارے پنج بہارا دے بنا دے، کیا بات ہے کیا بات ہے، خدا کمی ستارے پنج بہارا دے بنا دے، نہیں تو کیا غزل آباد رہو، اتنا ہی پڑھ لائی، اللہ اس کی حیاتی کرے وسیم عباس دی، مولے نو بیٹا دے، جڑے رونا ہو کہ اپنے وطن تے بہ کے بے وطن نو رو، میں چٹی داڑی والے ہر رکھ حسین نو نہیں رو سکتی، حیا لی اکھ لا دی بے حیا آنکھ، کیا پتا جو ایلی دی دی کی میں لوٹیں دی رہی ہے، شاباش میرا باہر و آقا زیارت ناہیت فرمے دن، ہر مجلس چے ہنج رنے کرو جی، میں یار یاری راتی ساڑی چمٹ پر دادار رنی ہے، سارے ہائے کر چھوڑے آئے، جڑے نہیں گاؤں دے حسین دے کچھ نہیں لگ دے، میں غریب سے کہ دی دعائی نے توڑی ہنجو بطول دی بارگاہ اچھ منظور ہوں، میں تیری حکوم کا منظور ہوں، میں اور وعدہ کر رہے ہیں تو رہوں دا رہے ہوں، پیٹیں دا رہے ہوں، پن دا رہے ہوں، بے اولادن و اولاد مل سی، مکروزن دے کنز ختم ہو سی، بیمارن و شفا مل سی، پنیو سیدہ دی کل جن پورے عرب اچھ کبر دی جانی لدھی، شاباش تیرے نوکارا حیاتی ہوئی، فقط چھ سات منٹ دی مجلس زندگی ہوئی، ہائے کرن والا چار ہزار زخم لکھے نے، شاباش جڑا زہرن زخم آئی نا شدی کریم کربلا دے وجود تے، چار ہزار زخم حیاتی ہوئی زہرم زخم اندر تبت بھینہ دے زخم آئیں، شاباش دیاں دے زخم آئیں، نوہ دے زخم آئیں، تیرے نوکاراں چار ہزار زخم اور دو ہزار زخم لکھے رہے شہزادہ علی اکبر دے وجود دے، شاباش اور دس گھٹ
2000 ਜ਼ਖਮ ਲਿਖਿਆ ਨੇ ਸ਼ਹਜ਼ਾਦਾ ਅਮੀਰ ਕਾਸਿਮ ਦੇ ਵਜੂਦ ਤੇ। ਇਮਾਮੀਆਂ ਗੱਲ ਨਹੀਂ ਲਿਓ, ਇੱਕ ਐਸਾ ਜਵਾਨ ਹੈ ਜਿਸ ਦੇ ਜ਼ਖਮਾਂ ਦੀ ਤਾਦਾਦ ਤਾਰੀਖ ਹੀ ਨਹੀਂ ਕਰ ਸਕੀ। ਉਹ ਕਿਹੜਾ ਹੈ? ਉਹ ਹੈ ਤੁਹਾਡਾ ਅਲਮਾਲਾ ਮੌਲਾ ਅਬਾਸ ਹੈ। ਸ਼ਾਬਾਸ਼, ਤੁਹਾਡੀ ਹਯਾਤੀ ਹੋਵੇ, ਨੌਕਰਾਂ ਤੁਹਾਡੀਆਂ ਜਵਾਨੀਆਂ ਸਲਾਮਤ ਰਹਿਣ। ਮੈਂ ਇੱਕ ਜੁਮਲਾ ਜੀ, ਨੌਕਰਾਂ ਮਜ਼ਲੂਮ ਦੀ ਸ਼ਹਾਦਤ ਆ, ਮਕਾਤਲ ਦੀਆਂ ਕਿਤਾਬਾਂ ਪੜ੍ਹ ਕੇ ਵੇਖੋ। ਮੁਅਰਖੀਨ ਨੇ ਲਿਖਿਆ 10 ਮੁਹਰਰਮ ਵਾਲੇ ਦਿਨ ਜਿਸ ਕੋਲ ਨੇਜ਼ਾ ਹੀ ਨਾ, ਉਸ ਤੇਰੇ ਮਜ਼ਲੂਮ ਇਮਾਮ ਨੂੰ ਨੇਜ਼ਾ ਮਾਰਿਆ ਹਾਏ ਕਰ ਛੁੜਿਆ ਹੈ। ਜਿਸ ਕੋਲ ਤੀਰ ਆਈ ਉਸ ਤੀਰ ਮਾਰਿਆ, ਜਿਸ ਕੋਲ ਤਲਵਾਰ ਆਈ ਉਸ ਤਲਵਾਰ ਮਾਰੀ ਹੈ, ਜਿਹਨਾਂ ਕੋਲ ਹਥਿਆਰ ਮੁੱਕ ਗਏ ਉਹਨਾਂ ਤੇਰੇ ਗਰੀਬ ਇਮਾਮ ਨੂੰ ਪੱਥਰ ਮਾਰੇ। ਤੈਨੂੰ ਰੋਮਣ ਨਹੀਂ ਆਉਂਦਾ? ਜਿਹਨਾਂ ਕੋਲ ਪੱਥਰ ਹੀ ਮੁੱਕ ਗਏ। ਕਰਬਲਾ ਦੀ ਅੰਗਾਰਿਆਂ ਮਿਸਲ ਗਰਮ ਰੇਤ, ਤੇਰੇ ਗਰੀਬ ਇਮਾਮ ਦੇ ਜ਼ਖਮਾਂ 'ਤੇ ਸੱਟੀ ਨੇ। ਹਯਾਤੀ ਵੀ ਹੈ ਕਰਨ ਵਾਲਾ, ਤਲਵਾਰਾਂ ਹੀ ਤੀਰਾਂ ਦੇ ਜ਼ਖਮ, ਤੀਰਾਂ ਹੀ ਤਲਵਾਰੀ ਦੇ ਜ਼ਖਮ, ਅਤੇ ਇਤਨੇ ਗਹਿਰੇ ਜ਼ਖਮ। ਜ਼ਖਮਾਂ ਦੇ ਵਿੱਚ ਉੱਭੇ ਦੀ ਹਵਾ ਲੰਮੇ ਪਈ ਗੁਜ਼ਰਦੀ। ਹਯਾਤੀ ਉਹਨੇ ਲੰਮੇ ਦੀ ਹਵਾ ਉੱਭੇ ਪਈ ਗੁਜ਼ਰਦੀ ਹੈ। ਮੈਂ ਅਗਲੇ ਦਿਨ ਕਾਲਮੇ ਦੀਨ ਦੇ ਮੂੰਹ ਸੁਣਿਆ, ਇੱਕ ਏਡਾ ਵਜ਼ਨੀ ਅਤੇ ਗਹਿਰਾ ਜ਼ਖਮ ਕਰੀਮੇ ਕਰਬਲਾ ਦੇ ਸੀਨੇ 'ਤੇ। ਉਹ ਜਵਾਨਾ ਸਾਹਮਣੇ ਬੰਦਾ ਖਲੋਇਆ ਨਾ ਸਾਹਮਣੇ, ਅਤੇ ਦੂਆ ਬੰਦਾ ਲੱਗਿਆ ਕੰਢ ਦੇ ਪਿੱਛੋਂ। ਸਾਹਮਣੇ ਵਾਲੇ ਬੰਦੇ ਨੂੰ ਪਿਛਲਾ ਬੰਦਾ ਜ਼ਖਮ ਵਿੱਚ ਨਜ਼ਰ ਆਉਂਦਾ। ਅਗਲੇ ਦਿਨ ਸ਼ਾਹ ਜੀ ਮੈਂ ਇੱਕ ਜਗ੍ਹਾ 'ਤੇ ਪੜ੍ਹਿਆ ਕਿ ਸਾਹਮਣੇ ਵਾਲੇ ਬੰਦੇ ਨੂੰ ਪਿਛਲਾ ਬੰਦਾ ਜ਼ਖਮ ਵਿੱਚ ਨਜ਼ਰ ਆਉਂਦਾ, ਇੱਕ ਜਵਾਨ ਉੱਠੀ ਖਲਾ। ਮੈਨੂੰ ਕਿਸ ਵਾਕਈ ਬਾਬਾ ਜੀ ਵੱਡਾ ਜ਼ਖਮ ਆਈ, ਲੇਕਿਨ ਭੈਣ ਦੀ ਚਾਦਰ ਤੋਂ ਘੱਟ ਜ਼ਖਮ ਆਏ। ਸ਼ਾਬਾਸ਼ ਤੁਹਾਡਾ ਨੌਕਰ ਆ, ਬਸ ਇਤਨਾ ਹੀ ਪੜ੍ਹਨਾ ਹੀ। ਅਬਰੂ ਕੱਟੇ ਗਏ, ਬਦਨ ਦੀਆਂ ਤਾਰਾਂ ਤਰੁੱਟ ਗਈਆਂ, ਜ਼ਖਮ 'ਚ ਜ਼ਖਮੀ, ਕਬਜ਼ਾ ਜ਼ੁਲਫਕਾਰ ਅਤੇ ਮੱਥਾ। ਸੁਬੂ ਹੁਣ ਕੁਦੋਸ਼ਨ ਦੀ ਤਸਵੀ ਜਾਰੀ, ਕਬਜ਼ਾ ਤਲਵਾਰ ਤੋਂ ਮੱਥਾ 'ਚ ਆਇਆ ਸੀ। ਯਾਤੀ ਹੋ ਵੀ ਸੱਜੇ ਦੀ ਠਸ, ਖੱਬੇ ਦੀ ਠਸ, ਵੱਡਾ ਸਾਹ ਭਰਿਆ ਬੇਵਸ ਮੂੰਹ 'ਚ ਨਿਕਲਿਆ ਲੋਗੋ ਮੈਂ ਵੱਡਾ ਗਰੀਬ। ਸ਼ਾਬਾਸ਼ ਤੇਰੀ ਹਯਾਤੀ ਹੋਵੇ ਨੌਕਰਾਂ। ਇਹ ਗਰੀਬੀ ਦਾ ਔਕਾ ਕਹਿ ਸੁਣਿਆ, ਆਪਣੇ ਹੀ ਸੁਣਿਆ, ਬੈਗਾਨੇ ਹੀ ਸੁਣਿਆ ਹੈ, ਬਹਿਣਾ ਹੀ ਸੁਣਿਆ ਹੈ, ਦੀਆਂ ਹੀ ਸੁਣਿਆ ਹੈ, ਨੂੰਹਾਂ ਹੀ ਸੁਣਿਆ ਹੈ। 4.5 ਸਾਲ ਦੀ ਅਤੇ ਮੇਰੇ ਬਜ਼ੁਰਗਾਂ ਦੇ ਲਫਜ਼ ਨੇ, ਮਾਸੂਮ ਸੈਯਦਾ ਦੀ ਅਲੀ ਦੀ ਅਲੀ ਦੀ ਦਿਰ ਦੌੜਦੀ ਆਈ ਹੈ, ਰੋ ਰੋ ਕਹਿ ਦੀ ਫੁੱਫੀ ਫੁੱਫੀ। ਅਲੀ ਦੀ ਦੀਦੀ ਆਵਾਜ਼ ਆਈ ਜੀ ਮਾਸੂਮ ਫੁੱਫੀ, ਸੁਣੀ ਮੇਰਾ ਬਾਬਾ ਗਰੀਬੀ ਦੇ ਹੋ ਕੇ ਪਿਆ ਦਿੰਦਾ। ਹਾਂ ਮੇਰੀ ਦੀ ਫੁੱਫੀ, ਅਗਰ ਇਜਾਜ਼ਤ ਦੇਵੇ ਮੈਂ ਬਾਬੇ ਤੋਂ ਮਿਲਣ ਵੇਲੀ ਹਾਂ। ਮਸਤੂਰ ਦੀ ਆਵਾਜ਼ ਆਈ ਮਾਸੂਮ ਨਵਾਂ ਫੁੱਫੀ, ਉਹ ਕਿਉਂ? ਮੇਰੀ ਦੀ ਨੇਜ਼ੇ ਨਾਲ ਨੇਜ਼ਾ ਹੈ, ਤੀਰ ਨਾਲ ਤੀਰ ਹੈ, ਤਲਵਾਰ ਨਾਲ ਤਲਵਾਰ ਹੈ, ਬੰਦੇ ਨਾਲ ਬੰਦਾ ਹੈ, ਘੋੜੇ ਨਾਲ ਘੋੜਾ ਹੈ, ਥੋੜੇ ਮਾਸੂਮ ਹੈ। ਹੇ ਤਾਂ ਪਰਦਾਦਾਰ, ਹੇ ਤਾਂ ਹੁਸੈਨ ਦੀ ਧੀ। ਰੋ ਕਹਿ ਦੀ ਫੁੱਫੀ ਆਪ ਇਨਸਾਫ ਕਰ, ਉਨੀ ਮਾਹ ਰਮਜ਼ਾਨ ਨੂੰ ਤੇਰੇ ਬਾਬੇ ਅਲੀ ਨੂੰ ਪੇਸ਼ਾਨੀ ਤੇ ਜ਼ਰਬ ਲੱਗੀ ਆਏ। ਫਰਿਸ਼ਤੇ ਨੇ ਦਾ ਦਿੱਤੀ ਆਈ ਕਦ ਕੋ ਤਿਲ ਲਮੀਰ ਅਲ ਮੋਮਿਨੀਨ, ਫੁੱਫੀ ਤੂੰ ਸਤਰੀਏ ਧੀਆਂ ਅਲੀ ਦੀਆਂ, ਬੁਰਕੇ ਪਾ ਕੇ ਮਸਜਿਦ ਕੂਫਾ ਦੋ ਕਿਉਂ ਟੁਰ ਪਈਆਂ ਹੈ। ਰੋ ਕਹਿ ਦੀ ਸਕੀਨਾ ਕਿਵੇਂ ਨਾ ਮੰਨਿਆ ਮੇਰਾ ਅਲੀ ਦੀਆ ਬਾਬਾ। ਆਦੀ ਫੁੱਫੀ ਆਪ ਇਨਸਾਫ ਕਰ, ਤੇਰੇ ਬਾਬੇ ਨੂੰ ਇੱਕ ਜ਼ਖਮ ਆਈ, ਮਾਰਨ ਵਾਲਾ ਇੱਕ ਆਈ, ਮੇਰਾ ਗਰੀਬ ਜ਼ਖਮ 'ਚ ਜ਼ਖਮੀ ਹੈ, 9 ਲੱਖ ਮਾਰਨ ਵਾਲਾ ਹੈ, ਚਮਾਂ ਪਾਸੋਂ ਮਾਰੋ ਮਾਰੋ ਦੀ ਆਵਾਜ਼ ਪਈ ਜਾਂਦੀ ਹੈ। ਅਲੀ ਦੀਦੀ ਦੀ ਆਵਾਜ਼ ਸਕੀਨਾ ਹਯਾਤੀ ਨੇ, ਅਗਰ ਵੈਨੀਆਂ ਨਾ ਵਤਕੱਲੀ ਨਾ ਵੰਨ, ਮਲਕਾ ਜ਼ੰਜਬਾਰ ਨੂੰ ਨਾਲ ਲੈ ਕੇ ਵੰਨ। ਮੇਰੇ ਦਾਦਾ ਜੀ ਫਰਮਾਉਂਦੇ ਨੇ ਅਲੀ ਦੀਦੀ ਸੱਡ ਮਾਰਿਆ ਮਫਿਜ਼ਾ, ਬਿਸਮਿਲ੍ਲਾ ਦੇ ਖਤਮ ਦਾ ਸਵਾਬ ਹੋਵੇ ਮਰਹੂਮ ਭੱਟੀ ਸਾਹਿਬ ਨੂੰ, ਬਜ਼ੁਰਗ ਜ਼ਾਕਿਰ ਹਨ। ਆਦੈਨ ਕਰਬਲਾ ਜਦੋਂ ਅਲੀ ਦੀਦੀ ਆਖਿਆ ਨਾ ਅੰਮਾ ਫਿਜ਼ਾ, ਫਿਜ਼ਾ ਬੰਗ ਵਧਾ ਕੇ ਆਦੀ ਇਨਸ਼ਾਅੱਲਾ ਮਰ ਮੈਨੇ ਆ ਫਿਜ਼ਾ, ਤੁਹਾਡੇ ਦੁੱਖ ਨਾ ਵੇਖਾਂ, ਤੁਹਾਡੀਆਂ ਤਕਲੀਫਾਂ ਨਾ ਵੇਖਾਂ। ਹਯਾਤੀ ਉਹਨੇ ਆ ਮੇਰੇ ਮੌਲਾ ਇਹਨਾਂ ਨੂੰ ਇਸੇ ਲਈ ਰਾਤ ਦੇ ਕੁਰ ਲਾਉਂਦਾ ਵੇ। ਨੌਕਰ ਸ਼ਰੀਫ ਅਜ਼ਾਦਾਰ ਬੈਠੇ, ਅਮਾ ਜੀ ਅਲੀ ਦੀਦੀ, ਅਮਾ ਹੁਸੈਨ ਦਿੱਤਾ ਗਰੀਬੀ ਦਾ ਹੋਕਾ, ਤੋੜੇ ਸਨ ਛੋਟਾ, ਹੇ ਤਦੀ ਨਹੀਂ ਬਰਦਾਸ਼ਤ ਕਰ ਸਕੀ, ਮਾਸੂਮਾਂ ਦੇ ਨਾਲ ਵੰਜ, ਇਹਨੂੰ ਬਾਬਾ ਹੀ ਮਿਲਾਈਆ, ਅਤੇ ਮੇਰੀ ਤਰਫੋਂ ਮੇਰੇ ਮਜ਼ਲੂਮ ਭਰਾ ਨੂੰ ਆਖੀ, ਭੈਣ ਭਈਆ ਦੀ ਗਰੀਬ ਨਾ ਸਦਾ ਹਾਏ।
ਆਪਣੀ ਫੌਜ ਮਾਰੀ ਗਈ ਹੈ, ਭੈਣ ਦੀ ਫੌਜ ਹਾਜ਼ਰ ਹੈ। ਉਹ ਤੁਹਾਡੀਆਂ ਹਯਾਤੀ ਹੋਵੇ ਜਿਹੜੇ ਚਿੱਟੀਆਂ ਦਾੜੀਆਂ ਵਾਲੇ ਪੁਰਾਣੇ ਬੰਦੇ ਆਏ ਬੈਠੇ ਹੋ, ਖਤਮ ਪਿਆ ਕਰੇ ਨਾ। ਅੱਲਾ ਜਾਣਦਾ ਹੈ ਮੇਰੇ ਬਜ਼ੁਰਗ ਫਰਮਾਉਂਦੇ ਹਨ, ਦੋਏ ਦਾਦੀ ਪੋਤੀ ਟੁਰ ਪਈਆਂ, ਫਿਜ਼ਾ ਅਤੇ ਸਕੀਨਾ ਫੌਜਾਂ ਦੀ ਭੀੜ ਚੋਂ ਗੁਜ਼ਰਦੀ ਹੋਈ, ਦੂਰੋਂ ਆਖ ਲਈਏ ਪਿਓ ਦਰ ਡਿੱਠਾ ਸਦ ਮਾਰੇ ਉਸ ਬਾਬਾ, ਬਾਬਾ ਵੇ ਮੇਰਾ ਅੱਲਾ ਰਾਸੀ ਬਾਬਾ, ਸ਼ਾਬਾਸ ਤੇਰੀ ਹਯਾਤੀ ਹੋਵੇ, ਵੇ ਮੇਰਾ ਪਰਦੇਸੀ ਬਾਬਾ, ਵੇ ਮੇਰਾ ਮੁਸਾਫਿਰ ਬਾਬਾ, ਪਿਓ ਦਰ ਵੇਖਿਆ ਦੀ ਹੋਵੇ ਮੇਰਾ ਕਹਿਣ ਨੂੰ ਕੁਝ ਨਾ ਆਖਣ ਵਾਲਾ ਬਾਬਾ, ਸ਼ਾਬਾਸ ਤੁਹਾਡੀ ਹਯਾਤੀ ਹੋਵੇ, ਜੀ ਨੌਕਰਾਂ ਪਿਓ ਦੇ ਜ਼ਖਮ ਡਿੱਠੇ। ਦਾਦਾ ਜੀ ਫਰਮਾਉਂਦੇ ਹਨ ਬਾਈ ਵਧਾ ਕਿਆ ਦੀ ਹੋਵੇ ਮੇਰਾ ਪੁੱਤਰਾ ਮੋਇਆ ਬਾਬਾ, ਮੇਰਾ ਬਿਰਾਵਾ ਮੋਇਆ ਬਾਬਾ, ਹਯਾਤੀ ਹੋਵੀ ਸ਼ਬੀਰ ਨੇ ਕਬਜ਼ਾ ਜ਼ੁਲਫਕਾਰ ਤੋਂ ਮੱਥਾ ਚਾਇਆ। ਫਰਮਾਉਂਦੇ ਸਕੀਨਾ ਹੈ, ਹਾਂ ਬਾਬਾ ਸਕੀਨਾ, ਮੇਰੀ ਧੀ ਏਡੇ ਔਖੇ ਵੇਲੇ ਫੌਜਾਂ ਦੀ ਭੀੜ ਚੋਂ ਲੱਗ ਕੇ ਘੋੜਿਆਂ ਦੇ ਸੂੰਬਾ ਦੇ ਕੋਲੋਂ ਗੁਜ਼ਰ ਕੇ ਆਦੀ ਬਾਬਾ ਧੀ ਜੋ, ਬਾਬਾ ਤੁਸੀਂ ਗਰੀਬ ਨੌਕਰ ਆ ਮੇਰਾ ਬੇਟਾ, ਤੁਸੀਂ ਗਰੀਬੀ ਦਾ ਹੋਕਾ ਦਿੱਤਾ ਨਾ, ਮੈਨੂੰ ਪਤਾ ਲੱਗ ਗਿਆ ਕੋਈ ਨਸ ਬਚ ਗਿਆ, ਮੈਂ ਆਖਿਆ ਵਜੀਆਂ ਵੱਜ ਕੇ ਮਿਲਾਂ ਵਾ, ਫਿਰ ਮੈਨੂੰ ਐਡੇ ਔਖੇ ਵੇਲੇ ਮਿਲਣਾ ਹੀ ਹੈ, ਹਯਾਤੀ ਵੀ ਹੈ ਕਰਕੇ ਰੋਣ ਵਾਲਾ, ਆ ਬਾਬਾ ਮਿਲਣਾ ਹੀ ਆ ਤੇਰਾ ਜੋ ਨੌਕਰ ਆ। ਕਜੇ ਮਾਰ ਗਿਆ ਦੇਣਾ ਮੇਰੀ ਧੀ ਮੈਨੂੰ ਗੱਲ ਨਾ ਲਾ, ਅੱਲ ਜਾਂਦੇ ਬਾਈ ਵਧਦੀ ਏ ਬਾਈ ਛੋਟੀਆਂ ਤੀਰ ਲੰਮੇ, ਸ਼ਾਬਾਸ ਕਈ ਵੇਲੇ ਸਜਿਓ ਆਉਂਦੀ ਏ ਕਈ ਵੇਲੇ ਖਬਿਓ ਕਈ ਵੇਲੇ ਸਾਹਮਣਿਓ, ਮੁਸ਼ਕਿਲ ਦੇ ਨਾਲ ਪਿਓ ਨੇ ਧੀ ਦੇ ਗੱਲ 'ਚ ਬਾਈ ਪਾਈਆਂ, ਧੀ ਦੇ ਪਿਓ ਦੇ ਗੱਲ 'ਚ ਰੋ ਰੋ ਗਿਆ ਦੇ ਬੈਠੇ ਨੇ ਮੇਰੀ ਧੀ, ਜਿੱਤੇ ਪੁੱਪੀਆਂ ਅਗਲੀ ਉਥਾਈ ਸਾਂ ਪਵੇ, ਭਾਵੇਂ ਬਾਜ਼ਾਰ ਹੋਵੇ ਭਾਵੇਂ ਦਰਬਾਰ ਹੋਵੇ, ਹਯਾਤੀ ਉਹਨੇ ਯਾਰ ਜੀ ਨੌਕਰ ਤੁਹਾਡਾ ਨੌਕਰ ਆ ਹਯਾਤੀ ਉਹਨੇ, ਅੱਲਾ ਜਾਣਦਾ ਪਿਓ ਅਤੇ ਧੀ ਦੀਆਂ ਗੱਲਾਂ ਪਜਾਉਂਦੀਆਂ, ਇਨ ਸ਼ਿਮਰ ਬੇਗੈਰਤ ਆਇਆ ਹੈ, ਇਸ ਕੁੱਤੇ ਦੇ ਬੱਚੇ ਦੇ ਹੱਥ 'ਚ ਖੰਜਰ ਆਈ ਜ਼ਹਿਰ ਦੀ ਪਾਉਣ ਲੱਗੀ ਹੋਈ ਆਈ ਜਵਾਨਾ, ਉਹ ਖੰਜਰ ਭਵੈਂਦਾ ਆਇਆ ਹੈ ਮਜ਼ਲੂਮ ਦੇ ਕੋਲ ਆ ਖਲਾਏ, ਆਦੇ ਹੁਸੈਨ ਆਖਰੀ ਵੇਲੇ ਧੀ ਨੂੰ ਸੱਦ ਲਿਆ ਨਾ, ਫਰਮਾਨ ਕਮੀਨਾ ਇਹੋ ਜਾਗ ਤੇ ਸਦੀਆਂ ਨਹੀਂ ਵਹਿੰਦੀਆਂ, ਸੁਣ ਕੇ ਧੀਆਂ ਆਪੇ ਆਪ ਹਯਾਤੀ ਨੇ, ਇਹ ਬੇਗੈਰਤ ਆਦਾ ਤੋਂ ਉਠਾਉਣੀ ਹੈ ਜਾਂ ਮੈਂ ਉਠਾਵਾਂ, ਤੇਰੀ ਜਵਾਨੀ ਸਲਾਮਤ ਰਹੇ ਸੈਯਦਾ ਦੇਸ ਤੇਰ ਵੇਖੇ ਨਹੀਂ ਹੈ ਬਤੂਲ ਦੇ ਚਮਨ ਦੀ ਪਾਕ ਕੱਲੀਏ, ਸੈਯਦਾ ਕਲਮਾਰੀ ਅੰਮਾ ਫਿਜ਼ਾ ਉਰਿਆ ਮੇਰੀ ਮਾਸੂਮਾਂ ਨੂੰ ਖੈਮਿਆਂ 'ਚ ਲਾਏ ਵਾਂਝ, 4 ਸਾਲ ਦੀ ਸੈਯਦਾ ਦੀ ਨੂੰ ਫਿਜ਼ਾ 'ਚ ਆਇਆ ਹੈ, ਫਿਜ਼ਾ ਦਾ ਮੂੰਹ ਆਈ ਖੈਮਿਆਂ ਵਾਲੇ ਪਾਸੇ, ਸਕੀਨਾ ਦਾ ਮੂੰਹ ਆਈ ਬਾਬੇ ਵਾਲੇ ਪਾਸੇ, ਹੁਸੈਨ ਤਯੰਮਮ ਕਰਨਾ ਸ਼ੁਰੂ ਕੀਤਾ ਹੈ ਧੀਵੇ ਦੀ ਰਹੀਏ, ਹੁਸੈਨ ਨਮਾਜ਼ 'ਚ ਨੀਤੀ ਧੀਵੇ ਦੀ ਰਹੀਏ, ਹੁਸੈਨ ਰਕੂਏ ਚ ਗਏ ਫਿਜ਼ਾ ਦੇ ਹੱਥਾਂ ਤੇ ਗੌਰ ਨਾਲ ਵੇਦੀ ਰਹੀਏ, ਸ਼ਬੀਰ ਨੇ ਸਜਦੇ ਸਰ ਰੱਖਿਆ ਹੈ, ਤਸਬੀ ਪੜੀ ਨੇ ਸੁਭਾਨ ਰੱਬੀ ਅਲ ਆਲਾ ਬਾਬੇ ਅਮਦਈ, ਇਹ ਬੇਗੈਰਤ ਹੈ ਸੁਨਾ ਜ਼ੁਲਫਾ ਜੱਤ ਪਾਇਆ ਹੈ ਜਿਨ੍ਹਾਂ ਨੂੰ ਮੁਹੰਮਦ ਚੁੰਦਾ, ਇਸ ਪਹਿਲੀ ਦਰਮ ਮਾਰੀਏ ਸਕੀਨਾ ਫਿਜ਼ਾ ਦੇ ਹੱਥਾਂ ਤੂੰ ਲਾਇਆ ਏ, ਸਕੀਨਾ ਦਾ ਵਸ ਨਹੀਂ ਲੱਗਾ ਫੁਰਾ ਤੇਰ ਬਾਈ ਵਧਾ ਕਿਆ ਦੀ ਹੈ ਚਾਚਾ ਗਾਜ਼ੀ, ਉਹ ਤੁਹਾਡੀਆਂ ਜ਼ਿੰਦਗੀਆਂ ਦਰਾਜ਼ ਹੋ ਇਨਸ਼ਾਅੱਲਾ ਤੁਸੀਂ ਵਸਦੇ ਰਹੋ, ਇਸ ਬੇਗੈਰਤ ਨੇ ਦੂਈ ਜ਼ਰਬ ਮਾਰੀ ਹਯਾਤੀ ਹੋਵੀ, ਸਕੀਨਾ ਨੇ ਨਜਫ ਤੇਰ ਬਾਈ ਵਧਾਈਆਂ, ਇਸ ਤਰੀ ਜ਼ਰਬ ਮਾਰੀ ਹੈ, ਸੁਣਾ ਵਾ ਚਪੁਰਾਣਾ ਜਿਹਾ ਬੰਦ, ਤੇਰੀ ਹਯਾਤੀ ਹੋਵੇ ਧੀ ਆਈ ਬਰਦਾਸ਼ਤ ਨਹੀਂ ਕਰ ਸਕੀ, ਲੱਗੀ ਆਈ ਏ ਸ਼ਿਮਰ ਦੇ ਖੰਜਰੇ ਛੱਤ ਪਾਇਆ, ਸ਼ਿਮਰ ਦਰਵੇ ਗਿਆ ਦੀ ਹੱਥ ਕੱਢ ਮੈਡੇ ਪਿਓ ਦੀਆਂ, ਹੱਥ ਕੱਢ ਮੈਡੇ ਪਿਓ ਦੀਆਂ, ਆਏ ਜ਼ੁਲਫਾਂ ਚ ਬਾਸ਼ਿੰਦਾ ਕੌਮ ਜਫਾ ਦਾ ਕੰਡ ਖਾਲੀ ਵੇਖ ਕੇ, ਆਮੀਨ ਆਮੀਨ।